कलर ग्रेडिंग कंप्लीट हो चुकी हैगी यार, इनफिनिटी डेज लेफ्ट। तो मॉडल तैयार हो चुका हैगा यार, बोनस क्लिप्स ਨੂੰ म्यूजिक वीडियो ਵਿੱਚ ਨਹੀਂ ਦੇਖਣ ਨੂੰ ਮਿਲਣੀ ਹੈ ਐਂਡ ਜੋ ਕਿ ਤੁਹਾਨੂੰ ਬਿਹਾਈਂਡ ਦ ਸੀਨਸ ਵਿੱਚ ਦੇਖਣ ਨੂੰ ਮਿਲਣੇ ਹੈਗੇ। ਲੈਂਸ ਤਾਂ ਠੀਕ ਆ, ਵਿਚਾਰਾ ਡਿੱਗ ਗਿਆ। सो हेलो दोस्तों, मेरा नाम है मंशु प्रियोदर, आप देख रहे हैं मंशु प्रोडक्शन। सो आज मैं एक बार फिर चला गया जी म्यूजिक वीडियो शूट के उत्ते एंड थानू सारे बिहाइंड द सीन्स दिखावांगे, एक्टर दिखावांगे जिन्हें भी आए हैगे है ना, ते अपने जो डायरेक्टर हैगे उन्होंने भी ताड़ी गल्लबात करावांगे। एंड अज फिर मेरे नाल आया है गया जी दमन, दमन अपने संगे दे साथी। एंड आपां फिर जावांगे ते फिर मत वजेगी अज पक्का, ओ तां पक्का ही है गया यार। ठीक है, बंदे ने बुलाया सी कि सानू अराउंड 5:30 बजे, कि हां भाई 5:30 बजे तुसी तैयार रही हो। एंड इस टाइम किन्ने बजे हो, 7:00 बज चुके हैं, देख लो अगर तुसी देख सकते, 7:00 बज चुके किन्ने घंटे, 1.5 घंटे लेट है नींद आंदी कहने जबर की कहना चाहोगे साढ़े दूबर नींद काफी ज्यादा जरूरी होती है। 1.5 घंटा हो तो सो लेना चाहिए। बेचारा 4 बजे का उठे आया, इस चीज वास्ते बड़ा दूरों आया है, 45 मिनट का रास्ता 5 मिनट च सफर करने वाला बंदा आया है। चलो चलते हैं फिर यार, थानू लै के इंजॉयमेंट दे सफर दे उत्ते। ਜੀ ਆ ਦੇਖ ਲੋ ਜੀ ਬੰਦੇ ਦਾ ਹਾਲ ਚਾਲ, ਠੀਕ ਆ, ਸਾਨੂੰ ਕਿਹਾ ਕਿ ਉਧਰ ਅੱਗੇ ਨਾ ਮੋੜ ਤੇ ਜਾ ਕੇ ਖੜੇ ਹੋਇਓ, ਤੇ ਆਪ ਭਾਜੀ ਉਧਰ ਸਕੂਲ ਦੇ ਕੋਲ ਖੜੇ ਆ ਚੌਂਕ ਦੇ ਵਿੱਚ, ਠੀਕ ਆ, ਚਾਹ ਪੀਣ ਦੇ ਨੇ ਸਾਨੂੰ ਇੱਥੇ ਵੇਟ ਕਰਾ ਕੇ, 15-20 ਮਿੰਟ ਹੋ ਗਏ ਸਾਨੂੰ ਇੱਥੇ ਖੜੇ ਨੂੰ, ਤੇ ਹੁਣ ਕਹਿੰਦੇ ਅਸੀਂ ਚਾਹ ਪੀਣ ਦੇ ਆ। ਨਾਈਸ ਨਾਈਸ ਬ੍ਰੋ, ਉਹ ਇੱਥੇ ਆ ਗਏ ਸੀਗੇ, ਚਲ ਵੀਡੀਓ ਤੂੰ ਚਲਾ ਹੁਣ, ਆਪਣੇ ਬਾਹੂ ਵੀ ਆ ਗਏ ਨੇ, ਆਉਣੇ ਪੜਦਾ। ਸੋ ਇੱਧਰ ਆਏ ਸੀਗੇ ਸ਼ੂਟ ਦੇ ਉੱਤੇ, ਨਾਲ ਆਪਣੇ ਹੈਗੇ ਆ ਜੀ ਡਾਇਰੈਕਟਰ ਸਾਹਿਬ, ਉਹ ਆਉਂਦੇ ਹੋ ਤੇ ਲੋਕੇਸ਼ਨ ਤੇ ਆਏ ਸੀਗੇ। ਹਾਂ ਹੈਗੀ ਆ ਜੀ ਲੋਕੇਸ਼ਨ, ਹਲੇ ਹੁਣ ਸਾਫ ਦਿਖੇਗੀ। ਐਕਚੁਅਲ ਵਿੱਚ ਉਹਦੇ ਅੰਦਰ ਸ਼ੂਟ ਕਰਨਾ ਹੈ ਆਪਾਂ ਨੇ, ਅੰਦਰ ਤੁਹਾਨੂੰ ਦਿਖਾਉਂਦੇ ਆ, ਇੱਥੇ ਕਰਨਾ ਹੈ ਜੀ ਸ਼ੂਟ। ਆਪਣੇ ਰੈਪ ਸੌਂਗ ਵਾਸਤੇ ਵਧੀਆ ਜਗ੍ਹਾ ਆ ਵੈਸੇ ਤਾਂ। ਆ ਭਾਜੀ ਯਾਰ ਇੱਥੇ ਨਾ ਇੱਧਰ ਆਏ ਸੀਗੇ ਤੇ ਸੋਚਦੇ ਵੀ ਸੀ ਆਪਾਂ ਕਿੱਥੇ ਬੰਦਾ ਖੜਾ ਕਰੀਏ, ਉਹ ਉੱਥੇ ਕਰ ਦਈਏ ਖੜਾ, ਕਿੱਥੇ ਗਏ ਆਪਣੇ ਭਾਜੀ, ਇੱਧਰ ਆ ਮਾੜਾ, ਹਾਂ ਮੂੰਹ ਦੇ, ਹਾਂ ਉਹ ਦੇਖੋ ਇੱਥੇ ਕਿ ਆਪਾਂ ਬੰਦਾ ਖੜਾ ਕਰਤਾ ਆ, ਠੀਕ ਹੈ ਇੱਥੇ ਇੰਨੀ ਕੁ ਦੂਰ, ਉਹ ਦੇਖੋ ਭਾਈ ਪਹੁੰਚੇ ਕਿੱਦਾਂ ਤੁਸੀਂ ਉੱਧਰ, ਹਾਲੇ ਲੋੜ ਆ ਹਾਲੇ ਇਸ਼ਾਰਾ। ਸੋ ਯਾਰ ਬੈਠੇ ਸੀਗੇ ਇੱਥੇ, ਟਾਈਮ ਹੋ ਚੁੱਕਾ ਆ ਜੀ 10:30 ਦਾ ਐਂਡ ਸਾਡੇ ਆਰਟਿਸਟ ਜੀ 5:30 ਆਏ ਆ, ਅਸੀਂ ਅਸੀਂ ਤਾਂ ਆਏ ਹੋਏ ਆ ਬ੍ਰੋ, ਅਸੀਂ ਆਏ ਹੋਏ ਆ, ਉਹ ਹੁਣ ਆਇਆ, ਸਬੂਤ ਆ ਭਾਈ ਵੀ, ਹਾਂ ਵੀ। ਸੋ ਇੱਧਰ ਆ ਗਏ ਨੇ ਆਪਣੇ ਆਰਟਿਸਟ ਐਂਡ ਹੁਣ ਫਾਈਨਲੀ ਹੁਣ ਸ਼ਾਇਦ ਸ਼ੁਰੂ ਹੋ ਜਾਵੇ ਭਰਾਵਾ। ਚਲੋ ਭਾਈ ਕੱਟੋ, ਨਾਰੀਅਲ ਵੀ ਮੰਗਾ ਲਈਓ ਯਾਰ ਨਾਲੇ, ਆਜੋ ਆਜੋ ਭਾਜੀ ਸ਼ੁਰੂ ਕਰ ਦੀਏ, ਤੁਸੀਂ ਤਾਂ ਉਹ ਯਾਰ ਪਹਿਲਾਂ ਹਰ ਹਰ ਮਹਾਦੇਵ ਭਾਜੀ। ਦੇਸੀ
ਆਪਦੇ ਹੌਲੀ ਹੌਲੀ ਜਿੱਦਾਂ ਜਿਹੜਾ ਖਤਮ ਹੁੰਦਾ ਨਾ ਗਰਲਸ ਆ ਦੇਖੋ ਜੀ ਆਪਾਂ ਨੂੰ ਦੂਸਰਾ ਵੰਸ਼ ਮਿਲ ਗਿਆ ਆ ਦੇਖ ਲੋ ਜੀ ਵੰਸ਼ ਮਿਗਲਾਨੀ ਨਾ ਵੰਸ਼ ਮਿਗਲਾਨੀ ਮਿਲਿਆ ਜੀ ਮੈਨੂੰ ਹਾਂ ਹੁਣ ਆਪਣੇ ਚੱਲਣ ਡਿਆ ਜੀ ਸ਼ੂਟ ਇਹ ਦੂਸਰੇ ਸਿੰਗਰ ਨੇ ਆਪਣੇ ਹਨਾ ਦੋਨਾਂ ਦਾ ਇਕੱਠਿਆਂ ਦਾ ਗਾਣਾ ਹੈਗਾ ਆ ਐਂਡ ਇਹ ਗਾਣਾ ਆ ਗਿਆ ਹੋਣਾ ਆ ਇਸ ਗਾਣੇ ਨੂੰ ਤੁਸੀਂ ਜਾ ਕੇ ਪੂਰਾ ਪਿਆਰ ਦੇਣਾ ਹੈਗਾ ਠੀਕ ਆ ਐਂਡ ਇਸ ਗਾਣੇ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗਾ ਰੋਲਿੰਗ ਇਹ ਐਕਸ਼ਨ ਚਲੋ ਦੁਬਾਰਾ ਡੀਟੇਕ ਹੋਣਾ ਵੀ ਸਹੀ ਨਹੀਂ ਹੈਗਾ ਜੀ ਸੋ ਫਾਈਨਲੀ ਮੁੱਕਿਆ ਸੀਗਾ ਉਸ ਲੋਕੇਸ਼ਨ ਦਾ ਸ਼ੂਟ ਐਂਡ ਹੁਣ ਆਏ ਹਾਂ ਜੀ ਨਵੀਂ ਲੋਕੇਸ਼ਨ ਦੇ ਉੱਤੇ ਇਸ ਰੋਡ ਦੇ ਉੱਤੇ ਆਪਾਂ ਸ਼ੂਟ ਕਰਨਾ ਸੀਗਾ ਇੱਕ ਕਰਾਊਡ ਸ਼ਾਟ ਲੈ ਕੇ ਦਿਖਾਉਂਦੇ ਹਾਂ ਯਾਰਾਂ ਨੂੰ ਅੱਜ ਤਾਂ ਦਿਖਾਉਣਾ ਹੈ ਆਪਾਂ ਅੱਜ ਉਮਰ ਦੀ ਹੌਲੀ ਅੜੀਏ ਤੂੰ ਬਚ ਕੇ ਰਹਿ ਯਾਰੀ ਸਾਨੂੰ ਜਾਣ ਤੋਂ ਪਿਆਰੀ ਪੱਚੀਆਂ ਪਿੰਡਾਂ ਦੇ ਵਿੱਚ ਪੂਰੀ ਸਰਦਾਰੀ ਹਲ ਗਰੀ ਹਰ ਸ਼ਹਿਰ ਸਾਡਾ ਰੋਲਾ ਚੱਲ ਤਾਂ ਅਸੀਂ ਛੱਡਦੇ ਨਹੀਂ ਜੇ ਕੋਈ ਕਰੇ ਗੱਦਾਰ ਗਾਨਾ ਮੰਨਾ ਕਿਸੇ ਸਰਕਾਰ ਦੀ ਮਤਲਬ ਮੇਰੇ ਕੋਲ ਨਾ ਕੇ ਕਮੀ ਨਾ ਦੀ ਹੋਈ ਆ ਓਵਰਹੈਡ ਤੱਕ ਐ ਚੜਾਈ ਜੱਟ ਦੀ ਮੇਰੀ ਮਾਂ ਰਹਿੰਦੀ ਮੱਥੇ ਉੱਤੇ ਹੱਥ ਮਾਰਦੀ ਚਲੋ ਭਾਈ ਦੇਖੋ ਤੁਸੀਂ ਚਲੋ ਭਾਈ ਹਾਂਜੀ ਜੀ ਤੁਹਾਨੂੰ ਹੀ ਮੇਰਾ ਕੰਮ ਮੇਰੀ ਇਹੀ ਪਹਿਚਾਣ ਦੀ ਪਲੱਬ ਵਾਲੀ ਲੱਡ ਵਾਲੀ ਇਹੀ ਮੇਰਾ ਨਾਮ ਚਾ ਗੱਲ ਕਿ ਜਿੰਨਾ ਇੱਕ ਵੀਡੀਓਗ੍ਰਾਫਰ ਕੈਮਰਾ ਚਲਾਉਂਦੇ ਹੋਏ ਫਨੀ ਲੱਗਦਾ ਨਾ ਉਨੀ ਹੀ ਜ਼ਿਆਦਾ ਵਧੀਆ ਵੀਡੀਓ ਨਿਕਲ ਕੇ ਆਉਂਦੀ ਹੁੰਦੀ ਆ
लिखा के ले लो मेरे तो कि नहीं भरा था वधिया शॉट निकल के आंदे है हां तो देखो ये इंडी है इस लोकेशन अभी बैकअप हो चुका है ते नेक्स्ट लोकेशन अपनी हैगी है इधर ही दूसरे पिंड सामने है नाली हां नाली नाली में आधे घंटे का रास्ता ज्यादा नहीं हैगा पहला रोटी तुर के पहुंचना भाई ने ठीक है जी ओके पहला रोटी खानी है रोटी पानी खा ली थी एंड नवी लोकेशन ते आए है अपना जेडे आर्टिस्ट है वो उधर गा रहे हैं एक पहले वाले एंड सेकंड वाले खड़े ने एंड सॉन्ग आएगा सॉन्ग दा जेड़ा अपना लिंक है डिस्क्रिप्शन में मिल जाएगा जरूर जाके देखो यार हाल तक तो आउट हो गया होना गाना ठीक है एंड शूटिंग चलती भी देखो अपना भाजी लगे हुए ने सैर ना कट स्पीकर डिग गया भरावा चलो चलो जी हाँ जी गड्डी टपदी है भाई बाजी नहीं मानते बाजी कहते अज सीसो मनाना ही फिर चलन दिया जी नवा सेट जी देखो किदा दा लगा कमेंट सैक्शन में दसियो होया तो नहीं ठीक है ठीक देखिए ठीक है हूं उपर हो गया नाल ही फिर बेचारा डिग गया नाल ही दिल शूटिंग खत्म हो चुकी है एंड खड़े हैं फोटो शूट थोड़ा बहुत चलता पे है अपने आर्टिस्ट का दो है बैकअप हो गया है फाइनली आ रहे अपने न्यू रैप आ रहा वीके जलंधरी एंड बूमबर्ड क्यों लाइक करो यप कमेंट करो अपने आने वाले गाने दिस हिप हॉप एंथम सारे सपोर्ट करियो लाइक कमेंट एंड शेयर जरूर करके दस्यो केहो जिहा लगा तुहानू सॉन्ग इन्हां दे चैनल दा एंड इन्हां दे जो सॉन्ग आना है उन्हां दा मैं लिंक मैं डिस्क्रिप्शन विच पा दूंगा ओके अबरो जफ्फी पा के मिलना वाहू रेडी हो जाना गाना तुहानू सेंड करांगे आपां कोई चक्कर नहीं भरा मिलदे सो फ्रेंड्स घरे आ चुके सीगे एंड रफ कट मारता सीगा जरा प्रोजेक्ट नू देखो यार मैं खिल रहा भाई असली एडिटिंग इदा हुंदी आ जिहड़े सोचदे आ ना कि बस शूट कीता एडिट कीता रखता ते हो गई एडिट जे फिर सिंक करना कई बार यही हुंदा कि हां जी सिंक ही करना उहनू की आ देख लो जी अगर किसी ने देखना आ तां ठीक है ते बस जी हाले तां रफ कट चलन रहा सीगा
ਤੇ ਤੁਹਾਡਾ ਭਾਈ ਆ ਰਿਹਾ ਥੋੜਾ ਇੱਧਰ ਐਂਡ ਥੋੜਾ ਬਤਾ ਚੱਲਣ ਡਿਆ ਆ ਕੰਮ ਇੱਧਰ ਓਬਵੀਅਸਲੀ ਡਿਸਕ੍ਰਿਪਸ਼ਨ ਵਿੱਚ ਹੈਗਾ ਆ ਤੇ ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੈਗੇ ਆ ਪੂਰੀ ਮਿਊਜ਼ਿਕ ਵੀਡੀਓ ਨੂੰ ਹੈਨਾ ਸੋ ਇੱਕ ਵਾਰੀ ਆ ਮੈਂ ਇੱਕ ਵਾਰੀ ਖਤਮ ਕਰ ਲਵਾਂ ਹੈਨਾ ਇੱਕ ਵਾਰੀ ਇਫੈਕਟ ਲਾ ਦਵਾਂ ਐਂਡ ਕਲਰ ਗ੍ਰੇਡ ਮਾਰ ਦਵਾਂ ਇਹਦੇ ਤੇ ਕਲਰ ਪਾ ਦਵਾਂ ਫਿਰ ਮੈਂ ਤੁਹਾਨੂੰ ਇਹ ਫਾਈਨਲ ਪ੍ਰੋਜੈਕਟ ਤੁਹਾਨੂੰ ਇੱਕ ਵਾਰੀ ਫਿਰ ਇੱਦੀ ਦਿਖਾਵਾਂਗਾ ਹੈਨਾ ਕਿ ਹਾਂ ਵੀ ਹੁਣ ਕਿੱਦਾਂ ਦਾ ਲੱਗਦਾ ਪਿਆ ਜਿੱਦਾਂ ਕਿ ਹੁਣ ਆਪਾਂ ਦੇਖ ਸਕਦੇ ਹੈਗੇ ਆ ਐਂਡ ਫਰੈਂਡਸ ਆਲਸੋ ਇੱਕ ਬੋਨਸ ਕਲਿਪਸ ਜਿਹੜੀਆਂ ਕਿ ਉੱਤੇ ਹੋਈਆਂ ਸੀਗੀਆਂ ਜਿਹੜੇ ਕਿ ਤੁਹਾਨੂੰ ਮਿਊਜ਼ਿਕ ਵੀਡੀਓ ਵਿੱਚ ਨਹੀਂ ਦੇਖਣ ਨੂੰ ਮਿਲਣੀ ਹੈਗੀਆਂ ਆ ਐਂਡ ਉਹ ਵੀ ਤੁਹਾਨੂੰ ਦਿਖਾਵਾਂਗਾ ਇਸ ਦੇ ਵਿੱਚ ਮੈਂ ਠੀਕ ਆ ਨਾ ਤੂੰ ਐਂਡ ਤੱਕ ਵੀਡੀਓ ਨੂੰ ਦੇਖਦੇ ਰਹੀਓ ਯਾਰ ਕਿਉਂਕਿ ਹਾਲੇ ਬਹੁਤ ਦੇਖਣ ਨੂੰ ਪਿਆ ਹਾਲੇ ਯਾਰ ਬਹੁਤ ਮਜ਼ਾ ਆਉਣਾ ਤੁਹਾਨੂੰ ਦੇਖ ਕੇ ਯਾਰ ਆਪਣੀ ਵੀਡੀਓ ਨੂੰ ਐਂਡ ਕੁਛ ਆਹ ਵੀ ਸ਼ਾਰਟਸ ਹੈਗੇ ਆ ਜਿਹੜੇ ਕਿ ਤੁਹਾਨੂੰ ਦੇਖਣ ਨੂੰ ਬਿਲਕੁਲ ਵੀ ਨਹੀਂ ਮਿਲਣੇ ਹੈਗੇ ਇਹ ਮਿਊਜ਼ਿਕ ਵੀਡੀਓ ਵਿੱਚ ਐਂਡ ਜੋ ਕਿ ਤੁਹਾਨੂੰ ਸਿਰਫ ਔਰ ਸਿਰਫ ਬਿਹਾਈਂਡ ਦ ਸੀਨਸ ਵਿੱਚ ਦੇਖਣ ਨੂੰ ਮਿਲਣੇ ਹੈਗੇ ਆ ਸੋ ਫਰੈਂਡ ਇਸ ਟਾਈਮ ਟੈਕਸਚਰਿੰਗ ਚੱਲਦੀ ਪਈ ਹੈਗੀ ਆ ਜਿਸ ਕਿ ਤੁਸੀਂ ਦੇਖ ਸਕਦੇ ਹੈਗੇ ਹੋ ਇਹ ਹੈਗਾ ਜੀ ਬੇਸ ਪਲੇਟ ਜਿਸ ਦੇ ਥਰੂ ਕਿ ਆਪਣੇ ਜੋ ਬੋਹੀਮੀਆ ਦਾ 3D ਮਾਡਲ ਹੈਗਾ ਆ ਉਹਨਾਂ ਨੇ ਮਤਲਬ ਨਿਕਲ ਕੇ ਬਾਹਰ ਆਉਣਾ ਹੈਗਾ ਆ ਹੈ ਨਾ ਸੋ ਇਹ ਉਸਦੀ ਹਾਲੇ ਟੈਕਸਚਰਿੰਗ ਹੋ ਰਹੀ ਹੈਗੀ ਆ ਹੈ ਨਾ ਜਿੱਦਾਂ ਕਿ ਹੁਣ ਅਗਰ ਆਪਾਂ ਇੱਥੇ ਟੈਕਸਚਰ ਲਾਉਣਾ ਚਾਹੁੰਦੇ ਹੈਗੇ ਹਾਂ ਸੋ ਆਪਾਂ ਹਾਲੇ ਮੈਂ ਟੈਕਸਚਰਿੰਗ ਹੀ ਕਰਦਾ ਪਿਆ ਸੀਗਾ ਇਹਦੀ ਐਂਡ ਤੁਹਾਨੂੰ ਫਾਈਨਲ ਸ਼ੋਟ ਜਲਦੀ ਹੀ ਦੇਖਣ ਨੂੰ ਮਿਲ ਜਾਣਾ ਹੈਗਾ ਆ ਤੁਹਾਨੂੰ ਉਹ ਵੀ ਤੁਹਾਨੂੰ ਦਿਖਾਵਾਂਗਾ ਬਸ ਆਹ ਵਾਲਾ ਜਿਹੜਾ ਫੇਸ ਆਹ ਕੰਪਲੀਟ ਹੋ ਜਾਵੇ ਬਸ ਇੱਕ ਸੋ ਫਰੈਂਡਸ ਮਾਡਲ ਤਿਆਰ ਹੋ ਚੁੱਕਾ ਹੈਗਾ ਆ ਐਂਡ ਰੈਂਡਰ ਵੱਜਦਾ ਪਿਆ ਹੈਗਾ ਆ ਉੱਧਰ ਤੁਸੀਂ ਉੱਪਰ ਦੇਖ ਸਕਦੇ ਹੋ ਐਂਡ ਮੈਨੂੰ ਇਹਦਾ ਇੰਨੀ ਜ਼ਿਆਦਾ ਕੁਆਲਿਟੀ ਸੀਗੀ ਕਿ ਮੈਨੂੰ ਇਹਦੀ ਕੁਆਲਿਟੀ ਹਲਕੀ ਜਿਹੀ ਘਟਾਉਣੀ ਪਈ ਕਿਉਂਕਿ ਇਹ ਜਿਹੜਾ ਰੈਂਡਰ ਆ ਨਾ ਇਹ ਇੱਕ ਦਿਨ ਦਾ ਟਾਈਮ ਸ਼ੋਅ ਕਰਦਾ ਪਿਆ ਸੀਗਾ ਸੋ ਹੈ ਨਾ ਇੱਕ ਸਿਰਫ ਇਹ ਸਿਰਫ ਇੱਕ ਬੇਸ ਪਲੇਟ ਆ ਹੈ ਨਾ ਸੋ ਬੋਹੀਮੀਆ ਦਾ ਤੁਸੀਂ ਹਾਲੇ ਪੁੱਛੋ ਹੀ ਨਾ ਕਿਉਂਕਿ ਉਹ ਹਾਈ ਕੁਆਲਿਟੀ ਵਿੱਚ ਵੱਜਣਾ ਹੈਗਾ ਆ ਸੋ ਇਸ ਜਗ੍ਹਾ ਜੀ ਰੱਖੇ ਸੀਗੇ ਜੋ ਕਿ ਮੈਂ ਬੇਸ ਪਲੇਟ ਬਣਾਈ ਸੀਗੀ ਇਹ ਨਹੀਂ ਮੈਨੇ ਤਾਂ ਇਸ ਜਗ੍ਹਾ ਦੇ ਉੱਤੇ ਰੱਖਣਾ ਤੇ ਛੋਟੀ ਜਿਹੀ ਜਗ੍ਹਾ ਜਾ ਏ ਐਂਡ ਇਹ ਬਣਾਏ ਕਿਉਂ ਸੀਗੇ ਉਹ ਵੀ ਤੁਹਾਨੂੰ ਦੇਖ ਸਕਦਾ ਓਬਵੀਅਸਲੀ ਬੋਹੀਮੀਆ ਨੂੰ ਦਿਖਾਉਣ ਵਾਸਤੇ ਪ੍ਰੋਜੈਕਟਰ ਟਾਈਪ ਬਣਾਏ ਸੀਗੇ ਇੱਕ ਆਹ ਫੋਟੋ ਸੀਗੀ ਐਂਡ ਇੱਕ ਇਧਰਲੀ ਸਾਈਡ ਲਾ ਦਿੱਤਾ ਸੀਗਾ ਐਂਡ ਚੱਲਦਾ ਪਿਆ ਜੀ ਕੰਮ ਹਾਲ ਤਾਂ ਬਾਕੀ ਤੁਹਾਨੂੰ ਅਪਡੇਟ ਕਰਦੇ ਰਹਿੰਦੇ ਹਾਂ ਠੀਕ ਆ ਜੀ ਇਸ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਇੱਦਾਂ ਦੀ ਵੀਡੀਓ ਆਉਂਦੀਆਂ ਰਹਿਣ ਨਹੀਂ ਆਹ ਜਿਹੜਾ ਮਾਰਕ ਜ਼ਕਰਬਰਗ ਆ ਹੈ ਨਾ ਇਹ ਕੁਛ ਜ਼ਿਆਦਾ ਹੀ ਸ਼ੈਵਜ ਨਹੀਂ ਬਣੀ ਜਾਣ ਡਿਆ ਮੈਂ ਇਸ ਵੀਡੀਓ ਨੂੰ ਆਪਣਾ ਅਪਲੋਡ ਕਰ ਰਿਹਾ ਸੀਗਾ ਸੈਂਡ ਕਰ ਰਿਹਾ ਸੀਗਾ ਠੀਕ ਆ ਐਂਡ ਸਿਰਫ ਔਰ ਸਿਰਫ 99 MB ਦੀ ਆ ਅਗਰ ਮੈਂ ਤੁਹਾਨੂੰ ਦਿਖਾਵਾਂ ਤਾਂ ਹੈ ਨਾ ਔਰ 99 MB ਆ ਬਟ ਇੱਥੇ ਟਾਈਮ ਪਤਾ ਕਿੰਨਾ ਸ਼ੋਅ ਕਰਦਾ ਪਿਆ ਇਨਫਿਨਿਟੀ ਡੇਜ਼ ਅਰੇ ਇਨਫਿਨਿਟੀ ਅਵੇ ਅਵੈਂਜਰਸ ਦੇਖ ਕੇ ਇਨਫਿਨਿਟੀ ਡੇਜ਼ ਲੈਫਟ ਕਿੰਨਾ ਮਤਲਬ ਨਾ ਮਜ਼ਾਕ ਉਡਾ ਰਿਹਾ ਯਾਰ ਅਸੀਂ ਬੰਦੇ ਸੋ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਜੋ ਗੂਮਰ ਭਾਜੀ ਹੈਗੇ ਨੇ ਉਹ ਵੀ ਆਏ ਸੀਗੇ ਇਸ ਦੇ ਉੱਤੇ ਐਡਿਟ ਕਰਾਉਣ ਐਂਡ ਚੇਂਜਸ ਕਰਾਉਣ ਵਾਸਤੇ ਐਂਡ ਜੋ ਕਿ ਚੇਂਜਸ ਹੋ ਚੁੱਕੇ ਹੈਗੇ ਆ ਐਂਡ ਹੁਣ ਇਸਦਾ ਫੇਸ ਸ਼ੁਰੂ ਹੋ ਚੁੱਕਾ ਹੈਗਾ ਜੀ ਕਲਰ ਗ੍ਰੇਡਿੰਗ ਦਾ ਫੇਸ ਸੋ ਐਜ਼ ਯੂ ਕੈਨ ਸੀ ਕਿ ਇਸ ਟਾਈਮ ਜੋ ਇਹ ਫੁਟੇਜ ਆ ਇਹ ਹੈਗੀ ਆ ਜੀ ਰੋ ਫੁਟੇਜ ਤੁਹਾਡੇ ਤੇ ਕਲੀਅਰ ਨਹੀਂ ਦੀਦੀ ਮੈਂ ਇੱਕ ਮਿੰਟ ਤੁਹਾਨੂੰ ਦੁਬਾਰਾ ਦਿਖਾਉਂਦਾ ਸੋ ਇਹ ਹੈਗੀ ਆ ਜੀ ਰੋ ਫੁਟੇਜ ਇਸ ਟਾਈਮ ਦੇ ਉੱਤੇ ਐਂਡ ਇਸ ਰੋ ਫੁਟੇਜ ਨੂੰ ਕਲਰ ਗ੍ਰੇਡਿੰਗ ਕਰ ਰਿਹਾ ਸੀਗਾ ਜਿਸ ਦੇ ਵਿੱਚ ਕਿ ਫਸਟ ਆਫ ਆਲ ਤਾਂ ਆਉਂਦਾ ਹੈਗਾ ਆ ਇਸ ਨੂੰ ਕਲਰ ਕਰੈਕਟ ਕਰਨਾ ਸੋ ਕਲਰ ਕਰੈਕਟ ਕਰਕੇ ਜੀ ਹੁੰਦਾ ਹੈਗਾ ਆ ਜੀ ਇਹ ਐਦਾਂ ਕਿ ਜਿਸ ਦੇ ਵਿੱਚ ਕਿ ਮੇਨ ਚੀਜ਼ ਹੈਗੀ ਕਿ ਜੋ ਕਲਰ ਸਟੋਨਸ ਆ ਉਹਨਾਂ ਨੂੰ ਅਸੀਂ ਪ੍ਰਿਜ਼ਰਵ ਕਰਨਾ ਹੁੰਦਾ ਆ ਤਾਂ ਕਿ ਕਲਰਸ ਜੋ ਆਪਣੇ ਸਕਿਨ ਕਲਰਸ ਆ ਉਹ ਠੀਕ ਦਿਖਣ ਜਿੱਦਾਂ ਦੇ ਸਕਿਨ ਕਲਰਸ ਹੁੰਦੇ ਆ ਉਦਾਂ ਦੇ ਦਿਖਣ ਇਹਦੇ ਵਾਸਤੇ ਆਪਾਂ ਕਲਰ ਪੈਲੇਟ ਦਾ ਜਾਂ ਫਿਰ ਕਲਰ ਚਾਰਟ ਦਾ ਯੂਜ਼ ਕਰ ਸਕਦੇ ਹੈਗੇ ਆ ਸ਼ੂਟਿੰਗ ਦੇ ਟਾਈਮ ਦੇ ਉੱਤੇ ਐਂਡ ਫਿਰ ਉਸ ਤੋਂ ਬਾਅਦ ਆਉਂਦੀ ਹੈ ਜੀ ਕਲਰ ਗ੍ਰੇਡਿੰਗ ਦੀ ਗੱਲ ਐਂਡ ਆਹ ਹੈਗਾ ਜੀ ਕਲਰ ਗ੍ਰੇਡ ਲੱਗ ਚੁੱਕਾ ਹਨਾ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਸਕਿਨ ਟੋਨਸ ਨੂੰ ਨਹੀਂ ਕਲਰ ਗ੍ਰੇਡ ਨੇ ਚੇਂਜ ਕੀਤਾ ਕਿਉਂਕਿ
ਸਕਿਨ ਟੋਨਸ ਨੂੰ ਅਗਰ ਕਲਰ ਗ੍ਰੇਡ ਚੇਂਜ ਕਰ ਦੇਵੇ ਤਾਂ ਫਿਰ ਉਹਦਾ ਮਤਲਬ ਨਹੀਂ ਬਣਦਾ ਹੈਗਾ ਆ। ਸਕਿਨ ਕਲਰ ਨੂੰ ਅਸੀਂ ਪ੍ਰਿਜ਼ਰਵ ਕਰਨਾ ਹੁੰਦਾ ਹੈ ਐਂਡ ਬਾਕੀ ਸਾਰੀ ਚੀਜ਼ਾਂ ਦਾ ਕਲਰ ਅਸੀਂ ਆਪਣਾ ਚੇਂਜ ਕਰਨਾ ਹੁੰਦਾ ਹੈਗਾ ਕਲਰ ਗ੍ਰੇਡਿੰਗ ਦੇ ਵਿੱਚ। ਸੋ ਕੀਪ ਇਨ ਮਾਈਂਡ ਦੈਟ ਅਗਰ ਤੁਸੀਂ ਕਰ ਰਹੇ ਹੋ ਇਨ ਫਿਊਚਰ ਅਗਰ ਕਲਰ ਗ੍ਰੇਡਿੰਗ ਕਰ ਰਹੇ ਹੋ ਤਾਂ। ਪ੍ਰੋਜੈਕਟ ਕਾਫੀ ਜ਼ਿਆਦਾ ਪਾਰਾ ਹੋ ਚੁੱਕਾ ਹੈਗਾ ਆ ਕਿਉਂਕਿ ਕਲਰ ਗ੍ਰੇਡਿੰਗ ਏਦਾਂ ਦਾ ਫੇਸ ਆ ਜਿਸ ਦੇ ਵਿੱਚ ਕਿ ਕੰਪਿਊਟਰ ਦੀ ਪ੍ਰੋਸੈਸਿੰਗ ਪਾਵਰ ਕਾਫੀ ਜ਼ਿਆਦਾ ਯੂਜ਼ ਹੋਣ ਵਾਲੀ ਹੈਗੀ ਆ। ਸੋ ਇਸ ਨੂੰ ਐਂਡ ਵਿੱਚ ਵਰਤਿਆ ਜਾਂਦਾ ਹੈਗਾ ਆ ਕਿ ਅਰੇ ਯਾਰ ਕੰਪਿਊਟਰ ਥੋੜਾ ਬਚ ਜਾਵੇ ਐਂਡ ਇੰਨੇ ਜ਼ਿਆਦਾ ਰਸ਼ ਤੋਂ ਤਾਂ ਬਿਲਕੁਲ ਹੀ ਬਚ ਜਾਵੇ। ਸੋ ਫਰੈਂਡਸ ਕਲਰ ਗ੍ਰੇਡਿੰਗ ਕੰਪਲੀਟ ਹੋ ਚੁੱਕੀ ਹੈਗੀ ਆ। ਤੁਸੀਂ ਜਾ ਕੇ ਮਿਊਜ਼ਿਕ ਵੀਡੀਓ ਨੂੰ ਚੈੱਕ ਕਰ ਸਕਦੇ ਹੈਗੇ ਹੋ, ਤੁਹਾਨੂੰ ਜਿਹੜਾ ਲਿੰਕ ਆ ਉਹ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ। ਫਰੈਂਡਸ ਵਲੌਗ ਕਿੱਦਾਂ ਦਾ ਲੱਗਾ ਪਲੀਜ਼ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਐਂਡ ਤੁਸੀਂ ਐਡੀਟਿੰਗ ਦਾ ਵਰਕਫਲੋ ਵੀ ਮੇਰਾ ਦੇਖਿਆ ਐਂਡ ਇੱਦਾਂ ਦੇ ਐਡੀਟਿੰਗ ਦੇ ਵਰਕਫਲੋ ਵੀ ਹੋਰ ਆਉਂਦੇ ਰਹਿਣੇ ਹੈਗੇ ਆ, ਜਾਂ ਫਿਰ ਤੁਹਾਡਾ ਅਗਰ ਕੋਈ ਕਮੈਂਟ ਹੈਗਾ ਆ ਇਸ ਵੀਡੀਓ ਰਿਲੇਟਡ ਜਾਂ ਫਿਰ ਹੋਰ ਕੋਈ ਵੀਡੀਓ ਦੇ ਆਈਡੀਆ ਰਿਲੇਟਡ ਤਾਂ ਉਹ ਤੁਸੀਂ ਇਸ ਵੀਡੀਓ ਦੇ ਕਮੈਂਟ ਵਿੱਚ ਲਿਖ ਸਕਦੇ ਹੈਗੇ ਆ। ਇਸ ਵੀਡੀਓ ਨੂੰ ਲਾਈਕ ਕਰ ਦਿਓ ਐਂਡ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਦੇ ਨਾਲ ਤਾਂ ਕਿ ਉਹ ਵੀ ਕੁਛ ਇੰਜੋਏ ਕਰ ਸਕਣ ਐਂਡ ਸਿੱਖ ਸਕਣ। ਸੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ, ਪਤਾ ਨਹੀਂ ਹੁਣ ਵਲੌਗ ਆਉਣ ਵਾਲਾ ਆ ਜਾਂ ਫਿਰ ਐਡੀਟਿੰਗ ਵੀਡੀਓ ਹੋਣ ਵਾਲੀ ਆ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ।